ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਅਮਰਜੋਤ ਸਿੰਘ ਹੈ। ਅਸੀਂ ਕਰਦੇ ਹਾਂ ਸਪਾਊਸ ਵੀਜ਼ਾ ਜ਼ਿਆਦਾਤਰ। ਅੱਜ ਕੱਲ੍ਹ ਮੈਂ ਇੱਕ ਖਬਰ ਵੀ ਪੜ੍ਹੀ ਹੈ, ਕੱਲ੍ਹ ਪਰਸੋਂ ਸ਼ਾਇਦ ਕਿਸੇ ਨੇ ਯੂਟਿਊਬ ਵੀਡੀਓ ਪਾਈ ਹੈ, ਕੋਈ ਕੰਸਲਟੈਂਟ ਨੇ ਪਾਈ ਸ਼ਾਇਦ, ਕਿ ਅੱਜ ਕੱਲ੍ਹ ਸਪਾਊਸ ਵੀਜ਼ਾ ਰਿਜੈਕਟ ਹੋ ਰਹੇ ਹੈ, ਬੋਨਾਫਾਈਡ ਜੈਨੂਇਨ ਮੈਰਿਜ ਹੈ ਉਹਦੇ ਬਾਰੇ ਵੀ ਸ਼ੱਕ ਕਰਦੇ ਹਾਂ। ਵੀਜ਼ਾ ਅਫਸਰ ਇੰਟਰਵਿਊ ਲਈ ਕਾਲ ਕਰ ਰਹੇ ਹੈ, ਪ੍ਰੋਸੀਜਰ ਫੇਅਰਨੈਸ ਲੈਟਰ ਕਿ ਤੁਸੀਂ ਦੱਸੋ ਨਹੀਂ ਸੀ ਤੁਹਾਨੂੰ ਬੈਨ ਕਰ ਦਿਆਂਗੇ। ਮੈਂ ਨਾਮ ਨਹੀਂ ਲਿਆਂਗਾ ਕਿਸੇ ਕੰਸਲਟੈਂਟ ਦਾ, ਮੇਰੇ ਖਿਆਲ ਪਰਸੋਂ ਹੀ ਕਿਸੇ ਨੇ ਮੈਨੂੰ ਭੇਜੀ ਹੈ। ਸੋ ਮੈਨੂੰ ਲੱਗਦਾ ਕਿ ਡਰਨ ਦੀ ਲੋੜ ਨਹੀਂ ਜ਼ਿਆਦਾ, ਕੇਸ ਵਿੱਚ ਕੀ ਹੈ ਨਹੀਂ ਹੈ, ਹੋ ਸਕਦਾ ਕਿ ਪ੍ਰੈਜੈਂਟੇਸ਼ਨ ਕੰਸਲਟੈਂਟ ਦੀ ਵਧੀਆ ਨਹੀਂ ਹੈ, ਲੇਕਿਨ ਅਗਰ ਜੈਨੂਇਨ ਮੈਰਿਜ ਹੈ ਤੁਹਾਡੀ ਕਿਸੇ ਦੀ ਵੀ, ਅਗਰ ਸਪਾਊਸ ਵੀਜ਼ਾ ਤੁਸੀਂ ਲਾ ਰਹੇ ਹੋ ਤਾਂ ਜ਼ਰੂਰ ਇੱਕ ਵਾਰ, ਜੇ ਸਪੈਸ਼ਲੀ ਰਿਫਿਊਜ਼ ਹੋ ਗਿਆ, ਚਿੱਠੀ ਆ ਗਈ ਕੁਛ ਕਿ ਵੀ ਦੱਸੋ ਉਹਦੇ ਬਾਰੇ, ਤਾਂ ਯੂ ਕੈਨ ਆਲਵੇਜ਼ ਕੰਟੈਕਟ ਮੀ, ਆਈ ਕੈਨ ਟੇਕ ਅ ਲੁੱਕ, ਦੇਖਦੇ ਹਾਂ ਵੀ ਕਿੱਦਾਂ ਇੰਪਰੂਵ ਕਰ ਸਕਦੇ ਹਾਂ। ਪਰ ਅੱਜ ਆਪਾਂ ਗੱਲ ਕਰਨੀ ਹੈ, ਨਵਜੋਤ ਲਾਈਨ 'ਤੇ ਹੈ, ਉਹਨਾਂ ਦੇ ਹਸਬੈਂਡ ਹੈ ਪੰਜਾਬ ਤੋਂ, ਇਹ ਲਾਈਨ 'ਤੇ ਜੁੜੇ ਹੋਏ ਮੇਰੇ ਨਾਲ, ਕਿਉਂਕਿ ਇਹਨਾਂ ਦਾ ਕੇਸ ਪਹਿਲਾਂ ਰਿਫਿਊਜ਼ ਹੋ ਗਿਆ ਸੀ ਅਤੇ ਫਿਰ ਮੁੜ ਕੇ ਫਿਰ ਇਮੀਗ੍ਰੇਸ਼ਨ ਨੂੰ ਅਸੀਂ ਚਿੱਠੀਆਂ ਪਾਈ ਕਿ ਵੀ ਨਹੀਂ ਤੁਸੀਂ ਗਲਤੀ ਕਰ ਰਹੇ ਹੋ, ਅਤੇ ਉਹਨਾਂ ਨੇ ਮਜ਼ੇ ਦੀ ਗੱਲ ਹੈ ਗਲਤੀ ਮੰਨ ਵੀ ਲਈ ਹੈ, ਮੰਨ ਦੇ ਬਾਅਦ ਫਿਰ ਹੁਣ ਪਾਸਪੋਰਟ ਰਿਕੁਐਸਟ ਵੀ ਪਾਤੀ ਹੈ। ਦੱਸੋ ਜੀ, ਕੀ ਪ੍ਰੋਬਲਮ ਸੀ ਆਪਣਾ ਨਵਜੋਤ, ਕੀ ਸੀ ਪ੍ਰੋਬਲਮ, ਕਿੰਨੇ ਸਾਲ ਤੋਂ ਹਸਬੈਂਡ ਅਪਲਾਈ ਕਰ ਰਹੇ ਸੀ, 6 ਸਾਲ ਤੋਂ? ਹਾਂਜੀ ਸਰ, ਪਹਿਲਾਂ ਫਾਈਲ ਦੇ ਉੱਤੇ 5 ਸਾਲ ਦਾ ਬੈਨ ਲੱਗਾ ਸੀਗਾ ਤੇ ਹੁਣ ਉਹ ਓਵਰ ਹੋਣ ਤੋਂ ਬਾਅਦ ਆਪਾਂ ਫਾਈਲ ਆਈ ਸੀਗੀ ਦੁਬਾਰਾ ਜੀ। ਤੇ ਹੁਣ ਯੂਜ਼ ਕਰਦਾ ਸੀਗਾ ਕਿਉਂਕਿ ਮੇਰਾ ਵਰਕ ਪਰਮਿਟ 4 ਮਹੀਨੇ ਦਾ ਰਹਿੰਦਾ ਸੀਗਾ ਉਹਦੇ ਲਈ, ਬਟ ਜਦੋਂ ਆਪਾਂ ਅਪਲਾਈ ਕੀਤਾ ਸੀ ਉਦੋਂ ਆਪਣੇ ਕੋਲ 7 ਮੰਥ ਸੀਗੇ ਵਰਕ ਪਰਮਿਟ ਸਟਿਲ। ਹਾਂਜੀ, ਸੋ ਕਾਨੂੰਨ ਹੈ ਐਕਚੁਲੀ, ਜਿਹੜਾ ਪ੍ਰੋਸੀਜਰ ਹੈ ਕਿ ਜਦ ਵੀ ਅਪਲਾਈ ਕਰਦੇ ਹਾਂ ਡਿਪੈਂਡੈਂਟ ਵੀਜ਼ਾ ਲਈ, ਸਪਾਊਸ ਵੀਜ਼ਾ ਲਈ, ਮਿਨੀਮਮ ਜੋ ਸਪੋਂਸਰ ਹੈ, ਜੋ ਕੈਨੇਡਾ ਸਪੋਂਸਰ ਬੈਠਾ, ਉਹਨਾਂ ਨੂੰ ਮਿਨੀਮਮ 6 ਮੰਥਸ ਦੀ ਵੈਲਿਡਿਟੀ ਚਾਹੀਦੀ ਹੈ ਤੁਹਾਡੇ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ, ਜਿਹੜਾ ਵਰਕ ਪਰਮਿਟ ਤੁਸੀਂ ਸੀਗੇ ਉਸ ਟਾਈਮ। ਸੋ ਅਪਲਾਈ ਕਰਨ ਦੇ ਮਗਰੋਂ ਮੇਰੇ ਖਿਆਲ ਉਹਨਾਂ ਨੂੰ 3 ਮਹੀਨੇ ਜਾਂ 4 ਮਹੀਨੇ ਲੱਗ ਗਏ, 3-4 ਮੰਥਸ ਲੱਗ ਗਏ, ਅਤੇ ਕਿਉਂਕਿ ਉਹਨਾਂ ਨੇ ਡਿਸੀਜਨ ਹੀ ਇੰਨਾ ਲੇਟ ਰਿਹਾ, ਜਦੋਂ ਵੀਜ਼ਾ ਆਫਿਸਰ ਦੇ ਡੈਸਕ 'ਤੇ ਆਇਆ ਤਾਂ ਫਿਰ ਸਮਾਂ ਹੀ ਬਹੁਤ ਥੋੜ੍ਹਾ ਰਹਿ ਗਿਆ ਸੀ, ਮੇਰੇ ਖਿਆਲ 3 ਮਹੀਨੇ 3 ਮਹੀਨੇ ਰਹਿ ਗਏ ਸੀ। ਆਟੋਮੈਟਿਕਲੀ ਦੇ ਥਾਟ ਕਿ ਵੀ ਚਲੋ ਇਹ ਬਈ ਇਹਦਾ ਹੈ ਹੀ ਨਹੀਂ, ਟਾਈਮ ਹੀ ਨਹੀਂ ਹੈ, ਕੀ ਕਰਨਾ ਵੀਜ਼ਾ ਦੇ ਕਰ। ਸੋ ਫਿਰ ਆਈਡੀਆ ਕੀ ਨਿਕਲਿਆ ਆਈਡੀਆ ਸਾਡਾ ਕਿ ਮੈਨੂੰ ਚੈਲੇਂਜ ਕਰਨਾ, ਅਪੀਲ ਕਰਨਾ, ਦੁਬਾਰਾ ਕੀ ਕਰਨਾ, ਅਪਲਾਈ ਕਰਨਾ, ਰੀਅਪਲਾਈ? ਸਰ ਦੁਆਰਚੀ ਆਪਾਂ ਰੀਕਨਸੀਡਰੇਸ਼ਨ ਦੀ ਲੈਟਰ ਪਾਈ ਸੀਗੀ ਜੀ 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 ਹਾਂ, ਉਹਦੇ ਵਿੱਚ ਲਿਖਿਆ ਕੀ ਹੈ ਸਰ ਰੀਕਨਸੀਡਰੇਸ਼ਨ ਦੇ ਵਿੱਚ ਜੀ? ਵੀ ਜਿੱਦਾਂ ਕਿਉਂਕਿ ਮੇਰੀ ਸਟੇ ਇੱਥੇ ਵੀ ਲੌਂਗਰ ਆ, ਕਿਉਂਕਿ ਮੇਰੀ BCPNP ਵੀ ਅਪਰੂਵ ਹੋਈ ਸੀਗੀ ਜੀ 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 ਉਸ ਟਾਈਮ ਜੀ, ਤਾਂ ਰੀਜ਼ਨ ਦਿੱਤਾ ਸੀ ਅਸੀਂ ਅਪਲਾਈ ਕੀਤਾ ਸੀਗਾ, ਸਾਡੇ ਕੋਲ ਲਾਈਕ 7 ਮੰਥ ਸੀਗੇ ਵੀ ਮਿਨੀਮਮ 6 ਮੰਥ ਦੀ ਰਿਕੁਆਇਰਮੈਂਟ ਹੁੰਦੀ ਹੈ। ਪਰ ਐਟ ਦ ਟਾਈਮ ਆਫ ਪ੍ਰੋਸੈਸਿੰਗ ਤੁਹਾਡੀ BCPNP ਅਪਰੂਵ ਨਹੀਂ ਹੋਈ ਸੀ, ਇਟ ਵਾਸ ਜਸਟ ਇਨ ਦ ਕਿਊ। ਆਪਣੀ ਸਾਰੀ ਲੈਟਰ ਦੇ ਬਾਅਦ ਹੀ ਮੇਰੇ ਖਿਆਲ 1-2 ਹਫ਼ਤੇ ਦਾ ਪਤਾ ਲੱਗਿਆ ਕਿ ਤੁਹਾਡੀ ਮੀਨ ਵਾਇਲ ਹੋ ਗਈ ਹੈ। ਪਰ PNP ਜੋ ਡਿਸੀਜਨ ਹੈ ਉਹ ਪ੍ਰੋਵਿੰਸ ਦਾ ਹੈ, ਉਹ ਤਾਂ ਫੈਡਰਲ ਹੈ ਨਾ, ਉਹਨਾਂ ਨਾਲ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਵੀ ਇਹ ਹੋ ਗਿਆ ਤਾਂ ਪਾਈ ਕਰਨਾ, ਉਹ ਤਾਂ ਫਿਰ ਉਹਨਾਂ ਨੇ ਆਪਣੇ ਪ੍ਰੋਸੀਜਰ ਦੇਖਣਾ। ਪਰ ਗੱਲ ਜਿਹੜੀ ਸਮਝ ਵਾਲੀ ਹੈ ਕਿ ਜੋ ਰੀਕਨਸੀਡਰੇਸ਼ਨ ਹੈ ਨਾ, ਰੀਕਨਸੀਡਰੇਸ਼ਨ ਇੰਨਾ ਆਸਾਨ ਨਹੀਂ ਹੈ ਕਿ ਵੀ ਵੀਜ਼ਾ ਅਫਸਰ ਨੇ ਸਾਹਮਣੇ ਤੁਸੀਂ ਕਹਿ ਦਿਓ ਕਿ ਵੀ ਤੁਸੀਂ ਗਲਤੀ ਕੀਤੀ ਹੈ ਜੀ, ਦੇਖੋ ਦੁਬਾਰਾ ਚੈੱਕ ਕਰੋ।
ਕਿਸੇ ਵੀ ਅਫਸਰ ਨੂੰ ਆਪਾਂ ਇਹ ਸ਼ੋਅ ਕਰਦੇ ਹਾਂ ਕਿ ਵੀ ਤੁਹਾਡੀ ਗਲਤੀ ਹੈ, ਅਗਲੇ ਨੂੰ ਇਨਸਲਟ ਜਾਂ ਨੋਟ ਇਨਸਲਟ ਲਾਈਕ ਮਤਲਬ ਬੁਰਾ ਤਾਂ ਲੱਗਦਾ ਕਿ ਵੀ ਉਹਨਾਂ ਦੀ ਤੁਸੀਂ ਗਲਤੀ ਨੂੰ ਕੈਚ ਕਰਕੇ ਉਹਨਾਂ ਦੇ ਮੂੰਹ 'ਤੇ ਦੱਸ ਰਹੇ ਕਿ ਵੀ ਤੁਸੀਂ ਗਲਤੀ ਕੀਤੀ ਹੈ ਦੇਖੋ। ਅਤੇ ਵੀ ਰੋਟ ਅ ਲੈਟਰ ਟੂ ਦ ਬਾਏ ਦ ਵੇ ਨੋਟ ਮੈਨੀ ਪੀਪਲ ਨੋ ਵੀ ਆਈ ਰੋਟ ਅ ਲੈਟਰ ਟੂ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਤੁਹਾਡੇ ਕੇਸ ਦੇ ਬਾਰੇ। ਜਸਟਿਨ ਟਰੂਡੋ ਨੂੰ ਚਿੱਠੀ ਲਿਖੀ ਸੀ ਕਿ ਵੀ ਤੁਸੀਂ ਆਪਣੇ ਇਸ ਐਪਲੀਕੇਸ਼ਨ ਨੂੰ ਆਪਣਾ ਤੁਸੀਂ ਦੇਖੋ, ਗੌਰ ਕਰੋ ਅਤੇ ਇਮੀਗ੍ਰੇਸ਼ਨ ਵਾਲੇ ਨੂੰ ਉਹਨੂੰ ਦੱਸੋ ਕਿ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ। ਆਈ ਥਿੰਕ ਦੇਰ ਇਜ਼ ਅ ਪ੍ਰੋਬਲਮ, ਪਰ ਤੁਸੀਂ ਦੱਸੋ ਪ੍ਰੋਬਲਮ ਹੈ ਕਿ ਨਹੀਂ ਹੈ। ਸੋ ਹੁਣ ਪਰਮਾਤਮਾ ਦੀ ਮਰਜ਼ੀ, ਤੁਹਾਡੀ ਕਿਸਮਤ, ਤੁਹਾਡੇ ਹਸਬੈਂਡ ਦਾ ਦਾਣਾ ਪਾਣੀ, ਯੂ ਨੋ ਵੀ ਹੈਵ ਦ ਅਪਰੂਵਲ, ਵੀ ਹੈਵ ਦ ਪਾਸਪੋਰਟ ਰਿਕੁਐਸਟ ਐਂਡ ਇਟ ਇਜ਼ ਅ ਵੈਰੀ ਵੈਲ ਸੈਟਿਸਫਾਈਂਗ ਮਤਲਬ ਐਕਸਪੀਰੀਅੰਸ, ਕਿਉਂਕਿ ਪੈਸਾ ਕਮਾਉਣਾ ਤਾਂ ਇੱਕ ਚੀਜ਼ ਹੋਰ ਹੈ, ਲੇਕਿਨ ਇੱਕ ਚੀਜ਼ ਜਿਹੜੀ ਖਰਾਬ ਹੋ ਕਰ ਉਹਨੂੰ ਮੋੜ ਕੇ ਲਿਆਉਂਦੀ, ਫਿਰ ਕਰਕੇ ਲੈ ਕੇ ਆਉਣਾ, ਫਿਰ ਕਰਨਾ, ਮਤਲਬ ਇਟਸ ਅ ਹੈਲ ਆਫ ਐਕਸਪੀਰੀਅੰਸ ਇਨ ਇਮੀਗ੍ਰੇਸ਼ਨ ਲਾਅ। ਇਮੀਗ੍ਰੇਸ਼ਨ ਲਾਅ ਸਿਰਫ ਇਹ ਨਹੀਂ ਹੈ ਕਿ ਵੀ ਪੇਪਰ ਟਾਈਪ ਕਰਕੇ ਭਰਤੇ ਜੀ ਜਮ੍ਹਾਂ ਹੋ ਗਏ ਜੀ, ਇਮੀਗ੍ਰੇਸ਼ਨ ਲਾਅ ਹੋ ਗਈ। ਮੇਰੇ ਖਿਆਲ ਹੈ ਕਿ ਜਿਹੜੀ ਫਾਈਟਿੰਗ ਸਪਿਰਿਟ ਹੈ, ਅੱਜ ਤੋਂ ਜਦ ਮੈਂ ਕੰਮ ਸ਼ੁਰੂ ਕੀਤਾ ਸੀ, ਅੱਜ ਤੋਂ ਕਰੀਬ ਇਨ ਕੈਨੇਡਾ ਦੀ ਗੱਲ ਕਰ ਰਹੇ, ਮੇਰਾ ਲਾਇਸੈਂਸ ਬਣਿਆ 2012, ਉਸ ਟਾਈਮ ਮੇਰੇ ਕੋਲ ਇੱਕ ਕਲਾਇੰਟ ਆਏ ਸੀ, ਆਈ ਡੋਂਟ ਵਾਂਟ ਟੂ ਟੇਕ ਹਰ ਨੇਮ, ਅਤੇ ਉਹਨਾਂ ਦਾ ਵੀ ਰਿਫਿਊਜ਼ ਹੋ ਗਿਆ ਸੀ, ਮੇਰੇ ਥਰੂ ਹੀ ਰਿਫਿਊਜ਼ ਹੋ ਗਿਆ ਸੀ, ਪਰ ਉਹ ਚਲੋ ਇੱਕ ਵੱਖਰਾ ਕੇਸ ਸੀ, ਕਿਉਂਕਿ ਛੋਟਾ ਬੱਚਾ ਸੀ, ਦੈਟ ਵਾਸ ਅ ਡਿਫਰੈਂਟ ਆਲ ਟੁਗੈਦਰ ਰੀਜ਼ਨ, ਪਰ ਉਹਨੇ ਮੈਨੂੰ ਐਕਚੁਅਲੀ ਮੈਨੂੰ ਹਿਲਾ ਕੇ ਰੱਖਤਾ। ਉਹਨੇ ਮੈਨੂੰ ਇਹ ਕਿਹਾ ਕਿ ਮੇਰਾ ਨਾਮ ਲੈ ਕੇ ਕਿਹਾ ਵੀ ਅਮਰਜੋਤ ਯੂ ਹੈਵ ਟੇਕਨ $1,000 ਲੈਂਦੇ ਸੀ ਉਸ ਟਾਈਮ, ਕਿ ਵੀ $1,000 ਤੁਸੀਂ ਲੈ ਲਏ, ਤੁਸੀਂ ਤਾਂ ਫੋਰਮ ਭਰ ਕੇ ਅੱਗੇ ਜਮ੍ਹਾਂ ਕਰਤਾ, ਅਤੇ ਹੁਣ ਅਗਰ ਜੇ ਕੇਸ ਰਿਫਿਊਜ਼ ਹੋ ਗਿਆ ਤਾਂ ਤੁਸੀਂ ਹੁਣ ਕੁਛ ਕਰੋ। ਮੈਂ ਕਿਹਾ ਮੈਂ ਕਰ ਕੀ ਸਕਦਾ, ਮੈਂ ਕੁਛ ਵੀ ਨਹੀਂ ਕਰ ਸਕਦਾ, ਆਈ ਵਾਸ ਫਰੈਸ਼ ਦੈਟ ਟਾਈਮ। ਅਤੇ ਉਹਨੇ ਮੈਨੂੰ ਇਹ ਕਿਹਾ ਸੀ ਐਕਚੁਲੀ ਕਿ ਵੀ ਇਮੀਗ੍ਰੇਸ਼ਨ ਵਕਾਲਤ, ਇਮੀਗ੍ਰੇਸ਼ਨ ਲਾਅ ਆਫਿਸ, ਇਹ ਨਹੀਂ ਹੈ ਕਿ ਫੋਰਮ ਭਰ ਕੇ ਭੇਜਤਾ ਜੀ ਹੋ ਗਿਆ ਕੰਮ ਹੈ, ਅਸਲੀ ਚੀਜ਼ ਤਾਂ ਹੈ ਕਿ ਫਾਈਟਿੰਗ ਸਪਿਰਿਟ ਕਿੱਥੇ ਹੈ ਤੁਹਾਡੀ, ਤੁਸੀਂ ਜੀ 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 ਤੁਸੀਂ ਨਿਕਲ ਕੇ ਬਾਹਰ ਆਓ, ਫਾਈਟਿੰਗ ਸਪਿਰਿਟ ਕਰੋ, ਜਿਹੜਾ ਤੁਸੀਂ ਅੱਜ ਕੱਲ੍ਹ ਪੜ੍ਹ ਰਹੇ ਹੋ ਓਲੰਪਿਕ, ਜਿਹੜੇ ਉਹ ਕੀ ਨਾਂ ਹੈ ਤਾਂ ਫੋਗੈਟ, ਸੁਣਿਆ ਤੁਸੀਂ ਉਹਦੀ ਖਬਰ, ਓਲੰਪਿਕ ਰੈਸਲਰ ਦੀ, ਵਿਨੇਸ਼ ਫੋਗੈਟ ਹੈ, ਸਾਰੇ ਹੈ, ਨੀਰਜ ਚੋਪੜਾ, ਜਿਹੜੇ ਇਹਨਾਂ ਨੂੰ ਮਿਲੇ ਓਲੰਪਿਕ। ਗੱਲ ਤਾਂ ਹੈ ਕਿ ਵੀ ਜਿਹੜਾ ਚੈਂਪੀਅਨ ਐਥਲੀਟ ਹੈ, ਇਹ ਨਹੀਂ ਕਿ ਜਿਹਨੇ ਮੈਡਲ ਜਿੱਤਣਾ, ਚੈਂਪੀਅਨ ਤਾਂ ਉਹ ਹੈ ਜਿਹੜਾ ਫਾਈਟਿੰਗ ਕਰੇ। ਹੁਣ ਆਪਾਂ ਰਿਫਿਊਜ਼ਲ ਲੈ ਕੇ ਆਏ ਹਾਂ, ਕੁਛ ਰਿਫਿਊਜ਼ਲ ਹੋਈ ਹੈ, ਰਿਫਿਊਜ਼ਲ ਹੋ ਸਕਦੀ ਹੈ, ਵੀਜ਼ਾ ਆਫਿਸਰ ਆਰ ਡਿਸਾਈਡ, ਮਤਲਬ ਉਹ ਤਾਂ ਹਿਊਮਨ ਡਿਸੀਜਨ ਹੈ, ਕੋਈ ਵੀ ਡਿਸਾਈਡ ਕਰ ਸਕਦੇ, ਕਿਸੇ ਦਾ ਕੋਈ ਅੰਡਰਸਟੈਂਡਿੰਗ, ਕਿਸੇ ਦਾ ਕੋਈ ਹੈ, ਲੇਕਿਨ ਇਮੀਗ੍ਰੇਸ਼ਨ ਲਾਅ ਪ੍ਰੈਕਟਿਸ ਇਜ਼ ਆਲ ਅਬਾਊਟ ਫਾਈਟਿੰਗ ਐਂਡ ਅਪੀਲਿੰਗ ਐਂਡ ਚੈਲੇਂਜਿੰਗ, ਦੈਟ ਇਜ਼ ਵਾਟ ਦ ਪ੍ਰੈਕਟਿਸ ਇਜ਼। ਸੋ ਮੈਨੂੰ ਬਹੁਤ ਅੰਦਰੋਂ ਇੱਕ ਸੈਟਿਸਫੈਕਸ਼ਨ ਹੈ, ਇੱਕ ਯੂ ਨੋ ਆਈ ਐਮ ਗ੍ਰੇਟਲੀ ਹੈਪੀ ਐਂਡ ਗ੍ਰੇਟਫੁਲ ਟੂ ਯੂ ਕਿ ਤੁਸੀਂ ਇਹ ਮੌਕਾ ਦਿੱਤਾ ਐਕਚੁਲੀ ਕਿ ਇਸ ਚੀਜ਼ ਨੂੰ ਅੱਗੇ ਲੈ ਕੇ ਗਏ, ਅਤੇ ਯੂ ਨੋ ਯੂ ਹੈਵ ਦ ਅਪਰੂਵਲ ਨਾਓ, ਇਟਸ ਅ ਗ੍ਰੇਟ ਯੂ ਨੋ ਗ੍ਰੇਟ ਗ੍ਰੇਟ ਟਰੈਕ ਰਿਕਾਰਡ ਐਂਡ ਸੇਇੰਗ ਵੀ ਅਸੀਂ ਇਹ ਕੰਮ ਕਰ ਲਿਆ ਹੈ, ਅਤੇ ਵੀ ਸਾਡੇ ਜ਼ਿੰਦਗੀ ਦਾ ਇਸ ਧਰਤੀ 'ਤੇ ਆਉਣਾ ਹੀ ਸਫਲ ਹੋ ਗਿਆ, ਵੀ ਇਹ ਕੰਮ ਸਫਲ ਹੋ ਗਿਆ, ਯੂ ਨੋ ਸਮਥਿੰਗ ਲਾਈਕ ਦਿਸ। ਬਿਲਕੁਲ ਠੀਕ ਹੈ ਸਰ, ਮੈਂ ਤੁਹਾਨੂੰ ਦੱਸਦਾ ਇਹ ਸੇਮ ਚੀਜ਼ ਅੱਗੇ ਵੀ 2019 ਦੇ ਵਿੱਚ ਵੀ ਇੱਦਾਂ ਰਿਫਿਊਜ਼ਲ ਹੀ ਆਈ ਸੀ ਨਾ ਜੀ। ਹੁਣ ਉਹ ਜੀ ਹੁਣ ਮਤਲਬ ਆਪਣਾ ਹੋਰ ਸੀਗਾ ਏਜੰਟ, ਤੇ ਉਹਦੇ ਵਿੱਚ ਇਹੀ ਹੋਇਆ ਕਿ ਰਿਫਿਊਜ਼ਲ ਆ ਗਈ, ਤੇ ਬਸ ਉਸ ਤੋਂ ਬਾਅਦ ਨਹੀਂ ਕੁਛ ਹੋਇਆ, ਤੇ ਬਸ ਉਹਦੇ ਕਰਕੇ ਬਸ ਸਾਨੂੰ ਇੰਨਾ ਲੰਮਾ ਟਾਈਮ ਤੱਕ ਬਹਿਣਾ ਪੈ ਗਿਆ ਜੀ। ਉਹ ਨਹੀਂ ਕੋਈ ਨੂੰ ਮਤਲਬ ਉਸ ਚੀਜ਼ ਬਾਰੇ ਗਾਹ ਵਾਲਾ, ਉਦੋਂ ਅਗਲਾ ਪਤਾ ਹੀ ਨਹੀਂ ਸੀਗਾ ਵੀ ਕੀ ਕਰਨਾ ਜਾਂ ਕਿੱਦਾਂ ਹੈ। ਜੀ 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 ਨਹੀਂ ਇਹ ਤੇ ਸਰ ਉਹ ਚੀਜ਼ ਸੀ ਤੁਹਾਡੇ ਕਹਿਣਾ, ਉਹ ਜਿੱਦਾਂ ਪੇਪਰ ਭਰ ਦਿੱਤਾ
ਫਾਰਮ ਭਰ ਦਿੱਤਾ, ਜੋ ਹੋ ਗਿਆ ਜੋ ਡਿਸੀਜਨ ਆ ਗਿਆ ਬਸ ਉਹ ਸਹੀ ਆ। ਉਹ ਗੱਲ ਤਾਂ ਉਹੀ ਆ ਜੀ, ਉਸ ਤੋਂ ਬਾਅਦ ਵਾਲਾ ਜਿਹੜਾ ਆ ਉਹ ਸਾਰਿਆਂ ਨੂੰ ਨਹੀਂ ਪਤਾ। ਇਹੀ ਇਹੀ ਮੇਨ ਜਿਹੜਾ ਆ। ਇੱਕ ਹੋਰ ਮੈਨੂੰ ਤੁਹਾਡੀ ਗੱਲ ਲੱਗੀ, ਤੁਸੀਂ ਇੱਕ ਵਾਰੀ ਵੀ ਇਹ ਨੀ ਕਹਿੰਦੇ, ਤਾਂ ਆਮ ਬੰਦੇ ਜਿੰਨੇ ਵੀ ਏਜੰਟ ਹੋਊਗੇ ਇਹ ਕਹੂਗੇ ਜਦੋਂ ਤੁਸੀਂ ਫਾਈਲ ਫੜਾਉਣੀ ਨਾ ਉਹਨਾਂ ਨੂੰ ਕਹੂ ਤੁਹਾਡਾ ਹੋਜੂ। ਤੁਸੀਂ ਇੱਕ 20 ਵਾਰੀ ਨੀ ਇਹ ਗੱਲ ਕਹੀ, ਇਹ ਮੈਂ ਖੁਦ ਐਕਸਪੀਰੀਅੰਸ ਕੀਤਾ, ਤੁਸੀਂ ਇੱਕ 20 ਵਾਰੀ ਨੀ ਇਹ ਕਹੀ ਮੈਂ ਤੁਹਾਡਾ ਇਹ ਮੈਂ ਕੰਮ 100% ਕਰਵਾ ਦੂ। ਮਤਲਬ ਉਹ ਮੈਂ ਆਪਣਾ ਐਕਸਪੀਰੀਅੰਸ ਉਦੋਂ ਤੋਂ ਦੇਖਿਆ, ਮੈਂ ਨਵਜੋਤ ਨਾਲ ਵੀ ਗੱਲ ਕਰਦਾ ਸੀ, ਮੈਂ ਕਹੂ ਇੱਕ ਵਾਰੀ ਵੀ ਤਾਂ ਕਹਿੰਦੇ ਨੀ ਹੈਗੇ ਕਿ ਵੀਜ਼ਾ ਜ਼ਰੂਰ ਲੱਗੇ ਜਾਊਗਾ ਲੱਗੇ ਜਾਊ, ਇੱਕ ਵਾਰੀ ਵੀ ਨੀ। ਮੈਂ ਕਿਹਾ ਕਹਿੰਦੇ ਵੀ ਕਿਤੇ ਉਹੀ ਗੱਲ ਨਾ ਹੋਵੇ ਬਈ, ਮਤਲਬ ਇਹ ਮਤਲਬ ਸਹੀ ਗੱਲ ਕਰਦੇ ਸੀ। ਤਾਂ ਬਾਕੀ ਚਲੋ ਬਾਕੀ ਹੈਗਾ ਜੀ ਫਰਕ ਹੈਗਾ ਐਕਸਪੀਰੀਅੰਸ ਦਾ ਹੁੰਦਾ। ਜਿੰਨੇ ਵੀ ਕੈਨੇਡਾ ਦੇ ਵਕੀਲ ਹੈ ਨਾ, ਵਕੀਲ ਲੋ ਏਜੰਟ ਵਾਲਾ ਤੇ ਰਹਿਣ ਦਿਓ, ਏਜੰਟ ਕੰਸਲਟੈਂਟ ਤੇ ਉਹਨਾਂ ਨੂੰ ਗੱਲ ਹੀ ਛੱਡ ਦਿਓ। ਜਿੰਨੇ ਵੀ ਵੱਡੇ ਵੱਡੇ ਟੌਪ ਵਕੀਲ ਹੈ, ਜਿਹੜੇ ਗੋਰੇ ਵਕੀਲ ਹੈ, ਜਿੰਨੇ ਵੱਡੇ ਵੱਡੇ ਆਫਿਸ ਬੈਠੇ ਆ, ਜਿਹੜੇ ਜਿਹਨਾਂ ਕੋਲ 20-25 ਦਾ ਸਟਾਫ ਹੈ, ਬਹੁਤ ਵੱਡੇ ਵੈਬਸਾਈਟਾਂ ਬਣੀ ਹੈ, ਯੂਟਿਊਬ ਚੈਨਲ ਵਾਲਾ ਬਣਿਆ ਹੈ, ਜਿਹੜੇ ਕੈਨੇਡਾ ਦੀ ਪੈਦਾਇਸ਼ ਹੈ, ਉੱਥੇ ਉਹਨਾਂ ਨੇ ਪੜ੍ਹਾਈਆਂ ਕੀਤੀਆਂ, ਇੰਗਲਿਸ਼ ਬੋਲਦੇ ਆ ਸਾਰਾ, 20-25 ਸਾਲ ਦਾ ਐਕਸਪੀਰੀਅੰਸ ਹੋ ਗਿਆ। ਮਜ਼ਾਲ ਹੈ ਕਿ ਅੱਜ ਵੀ ਤੁਸੀਂ ਉਹਨਾਂ ਦੇ ਆਫਿਸ ਜਾਓ, ਤੁਹਾਨੂੰ ਉਹ ਕਹਿ ਦੇ ਕਿ ਵੀ ਮੈਂ ਤੁਹਾਡਾ ਕੰਮ ਕਰਾ ਦਿਆਂਗਾ, ਕਦੇ ਨਹੀਂ ਨਾ ਕਹਿ ਸਕਦੇ, ਨਾ ਕਿਹਾ ਹੈ, ਨਾ ਉਹਨਾਂ ਨੇ ਕਹਿਣਾ। ਇਨਫੈਕਟ ਉਹਦੇ ਉਲਟ ਉਹਨਾਂ ਨੇ ਪਹਿਲਾਂ ਕਹਿਣਾ ਕਿ ਵੀ ਤੁਸੀਂ ਪੈਸੇ ਜਮ੍ਹਾਂ ਕਰਾ ਜਾਓ, ਆਈ ਵਿਲ ਟਰਾਈ, ਆਈ ਵਿਲ ਥਿੰਕ ਅਬਾਊਟ ਇਟ, ਠੀਕ ਹੈ, ਕੋਈ ਨਹੀਂ ਕਹਿੰਦਾ। ਲੇਕਿਨ ਸਿਰਫ ਆਪਣੇ ਜਿਹੜੇ ਬੰਦੇ, ਜਿਹੜੇ ਦੇਸੀ ਕੰਸਲਟੈਂਟ ਨੇ, ਪੰਜਾਬੀ ਕੰਸਲਟ, ਉਹ ਕਹਿੰਦੇ ਜੀ ਕਰਾ ਦਿਆਂਗੇ ਜੀ, ਬਾਜੀ ਕੋਈ ਗੱਲ ਹੀ ਕੋਈ ਨਹੀਂ ਜੀ, ਚੱਕ ਦਿਆਂਗੇ, ਕੋਈ ਨਹੀਂ ਕਰਾ ਦਿਆਂ ਕਰਾਂ, ਜਦਕਿ ਹੈ ਉਹਨਾਂ ਕੁਛ ਵੀ ਨਹੀਂ ਹੈ। ਸਿਰਫ ਇਸੇ ਕਰਕੇ ਕਹਿਣਾ ਕਿ ਓਨਲੀ ਬਿਕੋਜ਼ ਆਫ ਕਿ ਤੁਹਾਨੂੰ ਇੰਪ੍ਰੈਸ ਕਰਨਾ ਹੈ, ਤੁਹਾਡੇ ਤੋਂ ਪੈਸੇ ਕਢਵਾਉਣੇ, ਬਸ ਇੰਪ੍ਰੈਸ ਕਰਨ ਲਈ। ਅਤੇ ਇੱਕ ਗੱਲ ਹੋਰ ਵੀ ਮੈਨੂੰ ਜਿਹੜਾ ਆਹ ਦੇਖੋ ਮੇਰਾ ਕੁੱਤਾ ਵੀ ਇੱਥੇ ਕੁਛ ਖਾ ਰਿਹਾ, ਨਜ਼ਰ ਆ ਰਿਹਾ ਕਿ ਉਹ ਬੈਠਾ, ਉਹ ਤਾਂ ਦੇਖ ਰਿਹਾ ਮੇਰਾ। ਅੱਛਾ ਇੱਕ ਚੀਜ਼ ਹੋਰ ਵੀ ਮੈਂ ਲੋਕਾਂ ਨੂੰ ਇਹ ਦੱਸੀ ਹੋਈ ਕਿ ਕਦੇ ਵੀ ਕਿਸੇ ਵੀ ਕਲਾਇੰਟ ਨੂੰ ਇਸ ਤਰ੍ਹਾਂ ਹੈ ਕਿ ਏਜੰਟ ਕੋਲ, ਕਿਸੇ ਵੀ ਏਜੰਟ ਕੋਲ ਜਾਓਗੇ ਤਾਂ ਕਦੇ ਵੀ ਤੁਸੀਂ ਇਹ ਨਾ ਪੁੱਛੋ ਕਿ ਭਾਅ ਜੀ ਇਹਦਾ ਪਰਸੈਂਟੇਜ ਅਪਰੂਵਲ ਰੇਟ ਕੀ ਹੈ। ਕਈ ਬੋਲਦੇ ਹਾਂਜੀ ਕਿੰਨੇ ਪਰਸੈਂਟੇਜ ਚਾਂਸ ਹੈ, ਜੇ ਤਾਂ ਉਹਨਾਂ ਨੂੰ ਲੱਗਿਆ ਕਿ ਜੀ ਨਹੀਂ ਲੱਗ ਜਾਏਗਾ ਜੀ, 99% ਚਾਂਸ, ਉਹ ਕਹਿੰਦੇ ਵਾਹ ਜੀ ਲੱਗ ਹੀ ਜਾਏਗਾ ਸ਼ਾਇਦ। ਜੇ ਤਾਂ ਕਹਿਤਾ ਜੀ 50% ਚਾਂਸ ਹੈ, 50% ਯੈਸ ਨੂੰ ਤਾਂ ਹੋਣਾ ਹੀ ਹੈ, ਜਾਂ ਯੈਸ ਹੋਣਾ ਤਾਂ ਹੋਣਾ, ਅਤੇ ਯਾਰ 50% ਕਹਿਣ ਦਾ ਵੀ ਮਤਲਬ ਨਹੀਂ ਹੈ। ਕਿਸੇ ਕੋਲ ਕੋਈ ਇਸ ਤਰ੍ਹਾਂ ਦਾ ਕੋਈ ਬੈਰੋਮੀਟਰ ਨਹੀਂ ਹੈ ਕਿ ਵੀ ਉਹ ਮਾਪ ਲੈ ਕੇ ਵੀ ਹਾਂ ਵੀ ਕਿੰਨਾ ਪਰਸੈਂਟ ਚਾਂਸ ਹੈ, ਸੋ ਇਹ ਕੁਐਸਚਨ ਪੁੱਛਣਾ ਹੀ ਗਲਤ ਹੈ, ਇਹ ਸਾਰਾ ਦੁਕਾਨਦਾਰੀ ਹੈ, ਹੋਰ ਕੁਛ ਨਹੀਂ ਹੈ। ਪਰ ਐਨੀਵੇ ਉਹ ਚਲੋ ਬਾਅਦ ਦੀ ਗੱਲਾਂ ਨੇ। ਹੁਣ ਅੱਜ ਹੋ ਗਈ ਹੈ 12 ਤਰੀਕ ਹੋ ਗਈ ਹੈ, ਸੋਰੀ ਅੱਜ ਕੀ ਹੈ, ਅੱਜ 10 ਹੈ, ਅੱਜ 12 ਹੈ, ਤਾਂ ਸੋਰੀ ਬਸ ਤੁਸੀਂ ਪਾਸਪੋਰਟ ਜਮ੍ਹਾਂ ਕਰਨਾ ਹੈ, ਅਤੇ ਕਰੀਬ ਅੱਜ ਕੱਲ੍ਹ ਮੇਰਾ ਇੱਕ ਕਲਾਇੰਟ ਹੋ ਰਿਹਾ ਵੀ ਹੁਣੇ ਪਿਛਲੇ ਇਸ ਹਫ਼ਤੇ ਪਹਿਲਾਂ, ਉਹਨਾਂ ਨੂੰ ਵੀ ਮੇਰੇ ਖਿਆਲ 2 ਹਫ਼ਤੇ ਲੱਗੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ, ਪਾਸਪੋਰਟ ਮੁੜ ਕੇ ਆ ਕੇ ਆਉਂਦੇ, ਦੋ ਹਫ਼ਤੇ ਉਹਨੂੰ ਜਲੰਧਰ ਕੀਤਾ ਸੀ ਉਹਨੇ, ਅਤੇ ਉਹਨੂੰ ਵੀ 2 ਹਫ਼ਤੇ ਲੱਗੇ, ਸੋ ਕਰਦੇ ਤੁਹਾਡਾ ਪੂਰਾ ਅਗਸਤ ਮਹੀਨਾ ਇੱਧਰ ਜਾਏਗਾ, ਸੋ ਹੋਪਫੁਲੀ ਬਾਏ 1st week of September ਬਾਏ ਫਾਲ, ਜਿਹੜਾ ਕੈਨੇਡਾ ਦੀ ਜਿਹੜੀ ਪੱਤੀਆਂ ਝੜਨਗੀ, ਜਿਹੜੀ ਫਾਲ ਹੁੰਦੀ ਹੈ, ਜਿਹੜੀ ਹੈ ਮੇਪਲ ਲੀਫ ਨਾਲ ਤੁਸੀਂ ਪਹੁੰਚ ਜਾਣਾ, ਅਤੇ ਇਟਸ ਨਿਊ ਸੀਜ਼ਨ ਐਂਡ ਨਿਊ ਲਾਈਫ ਫੋਰ ਯੂ। ਹੋਰ ਕੋਈ ਸਵਾਲ? ਕੱਲ ਮੈਂ ਇੱਕ ਵੀਡੀਓ ਹੋਰ ਦੇਖ ਰਿਹਾ ਸੀ, ਕਈ ਵਾਰ ਮੈਂ ਵੀਡੀਓ ਦੇਖਦਾ ਰਹਿੰਦਾ ਲੋਕਾਂ ਦੀ ਕੰਸਲਟੈਂਟ ਵਾਲੇ, ਕੱਲ ਕਿਸੇ ਕੰਸਲਟੈਂਟ ਦੀ ਮੈਂ ਵੀਡੀਓ ਦੇਖ ਰਿਹਾ ਸੀ, ਉਹਨਾਂ ਨੇ ਮੈਨੂੰ ਉਹ ਕਿਹਾ ਹਾਂਜੀ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਹੁਣੇ, ਦੇਖ ਲਓ ਤੁਹਾਡੇ ਚੈਨਲ ਦੀ ਵੀ ਉੱਤੇ ਮੈਸੇਜ ਆਇਆ ਲਿਖਿਆ।
ਓ ਥੈਂਕ ਯੂ ਥੈਂਕ ਯੂ ਥੈਂਕ ਯੂ। ਮੈਂ ਲੇਕਿਨ ਮੈਂ ਮੈਂ ਆਪਣੀ ਮੈਂ ਤੁਸੀਂ ਤੁਸੀਂ ਨੋਟ ਕਰਨਾ, ਮੈਂ ਆਪਣੀ ਵੀਡੀਓ 'ਚ ਕਦੇ ਵੀ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਸਬਸਕ੍ਰਾਈਬ ਕਰੋ, ਚੈਨਲ ਲਿਖੋ ਮੇਰੀ, ਉਹ ਬਣਾਓ, ਮੈਂ ਕਦੇ ਕਦੇ ਨਹੀਂ ਕਿਹਾ ਕਿਸੇ ਨੂੰ। ਜਿਹਨਾਂ ਨੂੰ ਪਸੰਦ ਹੈ ਉਹ ਆ ਗਏ, ਆ ਗਏ, ਜਿਹਨਾਂ ਨੂੰ ਨਹੀਂ ਪਸੰਦ ਹੈ ਉਹਨਾਂ ਦੀ ਆਪਣੀ ਸ਼ਰਧਾ ਹੈ। ਦੱਸੋ ਕਿ ਆਈ ਹੈਵ ਨੈਵਰ ਸੈਡ ਐਨੀ ਬੜੀ। ਕਈ ਵਾਰ ਕਿਸੇ ਜੀ 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 ਉਹ ਕਈ ਵਾਰ ਯੂਟਿਊਬ ਚੈਨਲ ਵਾਲੇ ਕਹਿੰਦੇ ਨੇ ਜੀ ਪਲੀਜ਼ ਪਹਿਲਾਂ ਮੇਰੀ ਗੱਲ ਸੁਣ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ, ਪਹਿਲਾਂ ਗੱਲ ਤਾਂ ਸੁਣਾਓ ਤੁਸੀਂ ਪਹਿਲਾਂ ਕੁਝ ਹੈ ਮਤਲਬ ਕਰਾਂਗੇ, ਪਹਿਲਾਂ ਹੀ ਸਬਸਕ੍ਰਾਈਬ ਕਰ ਲਓ। ਸੋ ਦੇ ਆਲਵੇਜ਼ ਟਾਕ ਲਾਈਕ ਦਿਸ ਐਨੀਵੇ। ਮੈਂ ਕੱਲ੍ਹ ਕਿਸੇ ਦੀ ਵੀਡੀਓ ਦੇਖੀ ਹੈ, ਸੋ ਉੱਥੇ ਇੱਥੇ ਬੰਦਾ ਕਹਿ ਰਿਹਾ ਕਿ ਵੀ ਜਿਹਨਾਂ ਨੂੰ ਵਿਜ਼ਟਰ ਵੀਜ਼ਾ ਮਿਲੇ ਹੋਏ ਹੈ, ਬਹੁਤਾਂ ਨੂੰ ਵਿਜ਼ਟਰ ਵੀਜ਼ਾ ਮਿਲੇ ਹੋਏ ਆ, ਉਹ ਵਿਜ਼ਟਰ ਵੀਜ਼ਾ ਮਿਲਣ ਦੇ ਬਾਅਦ ਵੀ ਏਅਰਪੋਰਟ ਤੋਂ ਉਹਨਾਂ ਨੂੰ ਮੁੜ ਕੇ ਇੰਡੀਆ ਭੇਜਤਾ। ਅੱਛਾ ਜੀ। ਹਾਂ, ਸੋ ਇੰਨੀ ਈਜ਼ੀ ਨਹੀਂ ਹੈ ਇਸ ਚੀਜ਼ ਨੂੰ ਸਮਝਣਾ, ਡਿਪੈਂਡਿੰਗ ਔਨ ਦਾ ਸਰਕਮਸਟਾਂਸਿਸ ਕੀ ਉਹਨਾਂ ਦੀ ਤਿਆਰੀ ਹੈ, ਕਿਹੜੇ ਡਾਕੂਮੈਂਟ ਲੈ ਕੇ ਗਏ, ਕਿੰਨੀ ਵਾਰ ਆ ਗਏ, ਕੀ ਹੈ ਉਹਨਾਂ ਦਾ, ਕਿਹਨੇ ਉਹਨਾਂ ਨੂੰ ਬੁਲਾਇਆ, ਸਮਥਿੰਗ, ਉਸ ਤਰ੍ਹਾਂ ਡਿਪੈਂਡ ਕਰਦਾ। ਪਰ ਇੱਕ ਜਨਰਲ ਇੱਕ ਸਟੇਟਮੈਂਟ ਬਣਾ ਦੇਣੀ, ਲੋਕਾਂ ਵਿੱਚ ਡਰ ਪੈਦਾ ਹੁੰਦਾ ਤਾਂ ਪਤਾ ਨਹੀਂ ਕਿ ਸਾਰੇ ਵਿਜ਼ਟਰ ਵੀਜ਼ਾ ਲੱਗ ਗਿਆ ਅਤੇ ਹੁਣ ਅੱਗੇ ਕੀ ਹੋਏਗਾ। ਪਰ ਜਿਸ ਤਰ੍ਹਾਂ ਹੁਣ ਤੁਹਾਡਾ ਸਪਾਊਸ ਵੀਜ਼ਾ ਲੱਗਿਆ ਫੋਰ ਐਗਜ਼ਾਮਪਲ, ਅਤੇ ਤੁਸੀਂ ਇੱਦਾਂ ਨਹੀਂ ਹੈ ਕਿ ਤੁਸੀਂ ਤੁਸੀਂ ਖਾਲੀ ਪਾਸਪੋਰਟ ਵੀਜ਼ਾ ਲੈ ਕੇ ਪਹੁੰਚ ਗਏ, ਸਾਰੇ ਡਾਕੂਮੈਂਟ ਲੈ ਕੇ ਜਾਣੇ, ਆਪਣੇ ਮੈਰਿਜ ਸਰਟੀਫਿਕੇਟ, ਪਰੂਫ ਆਫ ਰਿਲੇਸ਼ਨਸ਼ਿਪ ਵਗੈਰਾ ਸਾਰੇ ਲੈ ਕੇ ਜਾਣੇ ਆ, ਆਪਣੀ ਵਾਈਫ ਦੇ ਬਾਰੇ ਸਾਰੇ ਡਾਕੂਮੈਂਟ ਵਗੈਰਾ ਕਰਕੇ ਫਿਰ ਜਾਣਾ ਹੁੰਦਾ। ਚਲੋ ਐਨੀਵੇ, ਤੁਹਾਡੀ ਕਾਲ ਆ ਰਹੀ ਹੈ ਸ਼ਾਇਦ, ਅਤੇ ਥੈਂਕ ਯੂ ਵੈਰੀ ਮੱਚ ਫੋਰ ਗਿਵਿੰਗ ਟਾਈਮ, ਅਤੇ ਆਪਾਂ ਫਿਰ ਮਿਲਦੇ ਹਾਂ, ਕੈਨੇਡਾ ਮਿਲਦੇ ਹਾਂ ਫਿਰ, ਕੋਈ ਗੱਲ ਨਹੀਂ। ਓਕੇ, ਮੈਂ ਮਿਲਾਂਗੇ ਜ਼ਰੂਰ ਸਰ ਜੀ। ਥੈਂਕ ਯੂ, ਟੇਕ ਕੇਅਰ, ਸਤਿ ਸ਼੍ਰੀ ਅਕਾਲ। ਓਕੇ ਸਰ ਜੀ, ਸਤਿ ਸ਼੍ਰੀ ਅਕਾਲ ਜੀ।